ਇਸ ਪਰ ਬੁਧਨਾ ਤੁਹਾਡੇ ਤੋਂ ਸੁਰਜੀਤ ਸਿੰਘ ਸੋਨੀ ਐਮ ਸੀ ਨੇ ਇਹ ਤੁਹਾਡਾ ਤੋਂ ਅਤੇ ਬਾਈ ਜੀ ਸਾਰੇ ਰਮਨ ਜਵਾਕਿਆ ਤੋਂ ਸਿੰਗਾਰਾ ਖਾਨ ਜੀ ਅਤੇ ਕੁਲਦੀਪ ਕੋਪਰ ਸਾਰੇ ਜਿਹੜੇ ਹੈੱਡਕੁਆਰਟਰ ਯੂਨੀਅਨ ਦੇ ਆਗੂ ਨੇ ਅਸੀਂ ਬਰਨਾਲਾ ਵਿੱਚ ਬੈਠੇ ਹਾਂ ਖਾਰਾ ਬਰਨਾਲਾ ਜੀ ਪਿੰਡ ਜ਼ਿਲ੍ਹਾ ਮਾਨਸਾ ਦੇ ਵਿੱਚ ਇਸ ਘਰ ਦਾ ਮੁੰਡਾ ਹਰਜੀਤ ਸਿੰਘ ਪਟਿਆਲੇ ਵਿਖੇ 300 ਫੁੱਟ ਉੱਤੇ ਟੇਕੀ ਦਿਖ ਰਿਹਾ ਬੈਠਾ ਕਾਹਦੇ ਵਾਸਤੇ ਬੈਠਾ ਕਿ ਉਹ ਟੈਟ ਪਾਸ ਕੀਤਾ ਹੋਇਆ ਸੀ ਅਤੇ ਉਹ ਨੌਕਰੀ ਦੀ ਭਾਲ ਸੀ ਪਿੱਛੇ ਸਰਕਾਰ ਨੇ ਮਾਰਚ 20 ਦੇ ਵਿੱਚ 2364 ਪੋਸਟਾਂ ਕੱਢੀਆਂ ਅਤੇ ਉਹਦੇ ਵਿੱਚ ਕਰਤਾ ਵੀ ਜਿਹੜੇ ਬੰਦੇ ਬੀ ਐੱਡ ਨੇ ਐੱਮ ਏ ਨੇ ਪੀ ਜੀ ਨੇ ਸਾਰੇ ਹੀ ਅਪਲਾਈ ਕਰ ਸਕਦੇ ਨੇ ਕੁਦਰਤੀ ਗੱਲ ਜਿੱਥੇ ਐੱਮ ਏ ਪਾਸ ਹੋਊਗਾ ਅਤੇ ਬੀ ਐੱਡ ਹੋਊਗਾ ਉਹਨੇ ਮੈਰਿਟ ਉੱਚੀ ਹੋਊਗੀ 1700 ਪੋਸਟਾਂ 'ਤੇ ਉਹ ਬੰਦੇ ਸਿਲੈਕਟ ਹੋ ਗਏ ਇਹਨਾਂ ਦੇ ਪੱਲੇ 623 ਪੋਸਟਾਂ ਆਈਆਂ ਅਜੇ ਤੱਕ ਉਹਦਾ ਜਿਹੜਾ ਅਪੁਆਇੰਟਮੈਂਟ ਆ ਉਹ ਹੋ ਸਕੀ ਕੌਂਸਲਿੰਗਾਂ ਦੇ ਚੱਕਰ 'ਚ ਹੀ ਪੈ ਫਿਰਦੇ ਨੇ ਚਾਹੀਦਾ ਇਹ ਸੀ ਵੀ ਜੇ ਈਡੀ ਟੈਟ ਪਾਸ ਸੀ ਕਿਤੇ ਇਹਨਾਂ ਨੂੰ ਪਹਿਲ ਦਿੰਦੇ ਟੈਟ ਪਾਸ ਵਾਲਿਆਂ ਨੂੰ ਈਡੀ ਵਾਲਿਆਂ ਨੂੰ ਕਹਿੰਦੀ ਇਹ ਮੰਗ ਹੈ ਪਰੰਤੂ ਕੈਪਟਨ ਸਰਕਾਰ ਇੰਨੀ ਗਰੀਬ ਵਿਰੋਧੀ ਜਾਬਰ ਨਿਕਲੀ ਮੈਂ ਕਹਿੰਦਾ ਜਗਰੀਆ ਖਾਨ ਦੀ ਅਤੇ ਮੀਰ ਮੰਨੂ ਦੀ ਰੂਹ ਕੈਪਟਨ ਸਰਕਾਰ ਦੇ ਵਿੱਚ ਅੱਜ ਮਾਤਾ ਜੀ ਬੈਠੇ ਨੇ ਮਾਤਾ ਜੀ ਸਿਰ 'ਤੇ ਸਾਈ ਹੈ ਨਹੀਂ ਇੱਕੋ ਪੁੱਤ ਪੜ੍ਹਾਇਆ ਸੀਗਾ ਹਰਜੀਤ ਸਿੰਘ ਬੇਰੁਜ਼ਗਾਰੀ ਕਰਕੇ ਅੱਜ ਉਹ ਪਟਿਆਲੇ ਵਿਖੇ ਜਿੱਥੇ ਮੁੱਖ ਮੰਤਰੀ ਦਾ ਆਪਦਾ ਜ਼ਿਲ੍ਹਾ ਹੈ ਆਪਦਾ ਸ਼ਹਿਰ ਹੈ ਅਮੀਤ ਕੌਰ ਉੱਥੋਂ ਦੀ ਮੈਂਬਰ ਪਾਰਲੀਮੈਂਟ ਹੈ 27 ਦਿਨ ਹੋ ਗਏ ਉੱਥੇ ਬੈਠੇ ਨੂੰ ਸ਼ਰਮ ਹੋਣੀ ਚਾਹੀਦੀ ਹੈ ਜਾਂ ਤੁਸੀਂ ਘਰ ਘਰ ਨੌਕਰੀ ਕਿਹਾ ਸੀ ਆਹ ਘਰ ਗਰੀਬ ਦਲਿਤ ਪਰਿਵਾਰ ਦਾ ਘਰ ਤੁਸੀਂ ਬੜੀਆਂ ਵੱਡਾ ਗੱਲਾਂ ਮਾਰਦੇ ਵੀ ਦਲਿਤਾਂ ਵਾਸਤੇ ਅਸੀਂ ਆਹ ਕਰਤਾ ਅਸੀਂ ਆਹ ਕਰਤਾ ਜਾਂ ਕਰਤਾ ਔਰ ਵੱਡੀ ਗੱਲ ਇਹ ਹੈ ਕਿ ਹਰਜੀਤ ਸਿੰਘ ਦੀ ਕਿੱਡੀ ਵੱਡੀ ਸੰਘਰਸ਼ ਦੀ ਦੇਣ ਹੈ ਕਿ ਉਹ 3 ਬੱਚਿਆਂ ਦਾ ਪਿਤਾ ਵੀ ਹੈ ਸਾਡੀ ਸਰਕਾਰ ਦੇ ਸਾਡੀ ਬੇਟੀ ਉਹਦੀ ਘਰਵਾਲੀ ਵੀ 3 ਵਿਆਹ ਵਰਿਆ 3 ਬੱਚੇ ਨੇ ਉਹ ਛੱਡ ਕੇ ਅੱਜ ਟੇਕੀ ਜਿਹੜਾ ਬੈਠਾ ਹੈ ਗਲ ਭਰਿਆ ਹੁੰਦਾ ਹੈ ਜਦੋਂ ਗੱਲਾਂ ਕਰਦੇ ਹਾਂ ਯਾਰ ਤੁਸੀਂ ਕਈਆਂ ਜਿਹੇ ਸਰਕਾਰਾਂ ਨੇ ਜਿਹੜੇ ਦੇ ਜਾਬਰ ਦਾ ਮੇਰਾ ਖਿਆਲ ਕੋਈ ਔਰੰਗਜ਼ੇਬ ਨਹੀਂ ਰਿਹਾ ਹੋਣਾ ਅੰਗਰੇਜ਼ ਵੀ ਰਹੇ ਜਿਹੜੇ ਜਾਬਰ ਇਹ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਤਾਂ ਕਰੋ ਯਾਰ ਸ਼ਰਮ ਹੋਣੀ ਚਾਹੀਦੀ ਹੈ ਕੈਪਟਨ ਨੂੰ ਅੱਜ ਇਹ ਬਿਰਧ ਮਾਤਾ ਜੀ ਸਿਰ ਦਾ ਸਾਈ ਨਹੀਂ ਸੀ ਉਹ ਆਪਣੇ ਬੱਚੇ ਨੂੰ ਪੜ੍ਹਾ ਕੇ ਉਹ ਨੌਕਰੀ ਦੇਖਣਾ ਚਾਹੁੰਦੀ ਸੀ ਪਰੰਤੂ ਜਿਸ ਬੱਚੇ ਨੂੰ ਉਹ ਚਾਹੁੰਦੀ ਸੀ ਵੀ ਮੇਰਾ ਬੱਚਾ ਟੀਚਰ ਲੱਗ ਕੇ ਆਵੇ ਅੱਜ ਉਹ ਟੈਕ ਜਿਹੜਾ ਬੜਾ ਦੁੱਖ ਹੁੰਦਾ ਇਸ ਗੱਲ 'ਤੇ ਸੋ ਅਸੀਂ ਅੱਜ ਉਹਨਾਂ ਘਰ ਆਏ ਹਾਂ ਮਾਤਾ ਜੀ ਨੂੰ ਕਹਿਣ ਵਾਸਤੇ ਲੜਕੀ ਨੂੰ ਕਹਿਣ ਵਾਸਤੇ ਭਾਈ ਦੇਖੋ ਉਹ ਸੰਘਰਸ਼ ਕਰ ਰਿਹਾ ਹੈ ਸਾਰੇ ਵਾਸਤੇ ਕਰ ਰਿਹਾ ਸਾਰੇ ਪੰਜਾਬ ਵਾਸਤੇ ਉਹਨਾਂ ਬੇਰੁਜ਼ਗਾਰ ਜਿਹੜੇ ਟੈਟ ਪਾਸ ਨੇ ਉਹਨਾਂ ਵਾਸਤੇ ਸੰਘਰਸ਼ ਕਰ ਰਿਹਾ ਹੈ ਉਹ ਸ਼ੇਰ ਜਿਹੜਾ ਹੈ ਉਹ ਭਗਤ ਸਿੰਘ ਦਾ ਵਾਰਸ ਹੈ ਜਿਹਨੇ ਸਾਰਿਆਂ ਵਾਸਤੇ ਸੰਘਰਸ਼ ਕਰਨ ਵਾਸਤੇ ਇੰਨੀ 300 ਫੁੱਟ ਉੱਚੀ ਟੈਂਕੀ ਚੜਿਆ ਹੋਇਆ ਹੈ ਅਸੀਂ ਨਾਲ ਆਪਾਂ ਇਹਦੇ ਅੱਜ ਉਹਦੇ ਪਰਿਵਾਰ ਨੂੰ ਮਿਲਣ ਵਾਸਤੇ ਆਏ ਹਾਂ ਸੋ ਸਰਕਾਰਾਂ ਨੂੰ ਸਖ਼ਤ ਸ਼ਬਦਾਂ ਦੀ ਨਿਖੇਧੀ ਕਰਦੇ ਹਾਂ ਕੈਪਟਨ ਨੂੰ ਵੀ ਤੈਨੂੰ ਘੱਟੋ ਘੱਟ ਇਸ ਗੱਲ ਦੀ ਹੁਣ ਜਿਹਨੇ ਵੀ ਸਰਕਾਰਾਂ ਨੇ ਤੁਸੀਂ ਪ੍ਰਾਈਵੇਟ ਤੌਰ 'ਤੇ ਬਾਹਰਲੇ ਬੰਨੇ ਰੱਖੀ ਜਾਂਦੇ ਹੋ ਅਤੇ ਕੋਈ ਵਿਹਾਰ ਤਾਂ ਰੱਖ ਲਿਆ ਵੀ ਹੋਰ ਰੱਖ ਲਿਆ ਪਰ ਤੂੰ ਜਿਹੜੇ ਅਸਲੀ ਵਾਰਸ ਨੇ ਜਿਨ੍ਹਾਂ ਨੇ ਨੌਕਰੀ ਕੀਤੀ ਜਿਨ੍ਹਾਂ ਨੇ ਪੜ੍ਹਾਈ ਕੀਤੀ ਜਿਨ੍ਹਾਂ ਨੂੰ ਤੁਸੀਂ ਸਕੂਲ ਖਾਲੀ ਪਏ ਨੇ ਉਹਨਾਂ ਨੂੰ ਰੱਖ ਕੇ ਤੁਸੀਂ ਅੱਜ ਕਿਹੋ ਜਿਹਾ ਤੁਸੀਂ ਸਰਕਾਰ ਸੱਦਣਾ ਚਾਹੁੰਦੇ ਹੋ ਸਮਾਜ ਕਿਹੋ ਜਿਹਾ ਤੁਸੀਂ ਸੱਦਣਾ ਚਾਹੁੰਦੇ ਹੋ ਉਹ ਅਸੀਂ ਸ਼ਬਦ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਵੀ ਇਹਨਾਂ ਬੱਚਿਆਂ ਨੂੰ ਗੱਲਬਾਤ ਕਰੋ ਉਹਨਾਂ ਟੈਂਕੀਆਂ ਤੋਂ ਉਤਾਰੋ ਉਹਨਾਂ ਨੌਕਰੀ ਦਿਓ ਤਾਂ ਜੋ ਉਹਨਾਂ ਦੀ ਬਿਰਧ ਮਾਤਾ ਉਹਨਾਂ ਦੇ ਬੱਚੇ ਨਿੱਕੇ ਨਿੱਕੇ ਬੱਚੇ ਅੱਜ ਦੇਖੋ ਫਿਰਦੇ ਨੇ ਇਹਨੂੰ ਛੱਡ ਕੇ ਅੱਜ ਗੁਰਮੀਤ ਸਿੰਘ ਜਿਹੜਾ ਹੈਗਾ ਹਰਜੀਤ ਸਿੰਘ ਉਹ ਟੈਂਕੀ ਜਿਹੜਾ ਬੈਠਾ ਹੈ ਉਹ ਭਾਈ ਤੁਹਾਡੇ ਨਾਲ ਆ ਆਵਾਜ਼ੀ ਪਾਰਟੀ ਤੁਹਾਡੇ ਨਾਲ ਆ ਰੱਬ ਸੁੱਖ ਰੱਖੇ ਤੂੰ ਸਰਕਾਰ ਬਦਲੇ ਤਾਂ ਇਹਨਾਂ ਬੱਚਿਆਂ ਦਾ ਜਿਹੜਾ ਹੈਗਾ ਇਹਨਾਂ ਨੂੰ ਨਿਆਂ ਮਿਲ ਸਕੇ ਮਾਤਾ ਜੀ ਹੌਸਲਾ ਰੱਖੋ ਤੁਹਾਡੇ ਸਾਰਾ ਤੁਹਾਡੇ ਸਾਰਾ ਪੰਜਾਬ ਦੇ ਨਾਲ ਹੈ ਤੁਸੀਂ ਇਹੋ ਜਿਹਾ ਪੁੱਤ ਜੰਮੇ ਜਿਹੜਾ ਸਾਰੇ ਲੋਕਾਂ ਵਾਸਤੇ ਅੱਜ ਆਮ ਤਕਰੀਬ ਚੱਲ ਰਿਹਾ ਹੈ ਬਹੁਤ ਬੁਰੀ ਗੱਲ ਧੰਨਵਾਦ।